प्यारे बच्चों गलके करिए सवेर दी सभा ता बच्चों आज दी सवेर दी सभा ਤੁਹਾਡੇ ਲਈ ਬਹੁਤ ਹੀ ਰੋਚਕ ਜਾਣਕਾਰੀ ਲੈ ਕੇ ਆਈ ਹੈ ਤਾਂ ਸ਼ੁਰੂ ਕਰਦੇ ਹਾਂ ਅੱਜ ਦੇ ਦਿਨ ਤੋਂ ਤਾਂ ਬੱਚਿਓ ਅੱਜ ਦਾ ਦਿਨ ਹੈ ਸ਼ਨੀਵਾਰ ਅੱਜ ਦੀ ਮਿਤੀ ਹੈ 31 ਅਕਤੂਬਰ 2020 ਅੱਜ ਦਾ ਵਿਚਾਰ ਤਾਂ ਬੱਚਿਓ ਅੱਜ ਦਾ ਵਿਚਾਰ ਹੈ ਸਮੇਂ ਦੀ ਕਦਰ ਕਰੋ ਹਾਂਜੀ ਬੱਚਿਓ ਬਹੁਤ ਵਧੀਆ ਹੈ ਅੱਜ ਦਾ ਵਿਚਾਰ ਕਿ ਸਾਨੂੰ ਹਮੇਸ਼ਾ ਸਮੇਂ ਦੀ ਕਦਰ ਕਰਨੀ ਚਾਹੀਦੀ ਹੈ ਦੇਖੋ ਬੱਚਿਓ ਕੋਈ ਗਵਾਚੀ ਚੀਜ਼ ਤਾਂ ਹੱਥ ਆ ਸਕਦੀ ਹੈ ਪਰੰਤੂ ਬੀਤਿਆ ਸਮਾਂ ਕਿਸੇ ਧਨ ਜਾਂ ਕੀਮਤ ਨਾਲ ਵੀ ਵਾਪਸ ਨਹੀਂ ਆ ਸਕਦਾ ਇਸ ਕਰਕੇ ਸਾਨੂੰ ਸਮੇਂ ਦੇ ਨਿੱਕੇ ਤੋਂ ਨਿੱਕੇ ਅੰਸ਼ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਅਤੇ ਇਸ ਦਾ ਲਾਭ ਉਠਾਉਣਾ ਚਾਹੀਦਾ ਹੈ ਬੱਚਿਓ ਅੰਗਰੇਜ਼ੀ ਦੀ ਇੱਕ ਕਹਾਵਤ ਹੈ ਟਾਈਮ ਵਾਂਸ ਗੋਨ ਕੈਨ ਨੋਟ ਬੀ ਰਿਕੋਰਡ ਇੱਕ ਵਾਰ ਜੋ ਸਮਾਂ ਹੱਥ ਚੋਂ ਨਿਕਲ ਜਾਂਦਾ ਹੈ ਉਸ ਨੂੰ ਦੁਬਾਰਾ ਨਹੀਂ ਪ੍ਰਾਪਤ ਕੀਤਾ ਜਾ ਸਕਦਾ ਬੱਚਿਓ ਸ਼ੈਕਸਪੀਅਰ ਨੇ ਵੀ ਕਿਹਾ ਹੈ ਜੋ ਸਮੇ ਨੂੰ ਨਸ਼ਟ ਕਰਦਾ ਹੈ ਸਮਾਂ ਉਸ ਨੂੰ ਨਸ਼ਟ ਕਰ ਦਿੰਦਾ ਹੈ ਸਮੇ ਬਾਰੇ ਭਾਈ ਵੀਰ ਸਿੰਘ ਜੋ ਕਿ ਇੱਕ ਬਹੁਤ ਹੀ ਵੱਡੇ ਲਿਖਾਰੀ ਹੋਏ ਹਨ ਉਹਨਾਂ ਨੇ ਸਮੇਂ ਦੀ ਕਦਰ ਕਵਿਤਾ ਵਿੱਚ ਸਮੇਂ ਦੀ ਸੰਭਾਲ ਬਾਰੇ ਬਹੁਤ ਹੀ ਵਧੀਆ ਲਾਈਨਾਂ ਲਿਖੀਆਂ ਹਨ ਉਹ ਲਾਈਨਾਂ ਹਨ ਹੋ ਅਜੇ ਸੰਭਾਲ ਇਸ ਸਮੇਂ ਨੂੰ ਕਰ ਸਫਲ ਉੜੰਦਾ ਜਾਂਵਦਾ ਇਹ ਠਹਿਰਨ ਜਾਂਚ ਨਾ ਜਾਂਵਦਾ ਲੰਘ ਗਿਆ ਨਾ ਮੁੜ ਕੇ ਆਵਦਾ ਹਾਂਜੀ ਬੱਚਿਓ ਇਹ 17 ਸਾਨੂੰ ਇਹੀ ਦਰਸਾ ਰਹੀਆਂ ਹਨ ਕਿ ਸਾਨੂੰ ਸਮੇਂ ਦੀ ਕਦਰ ਕਰਨੀ ਚਾਹੀਦੀ ਹੈ ਕਿਉਂਕਿ ਜੇਕਰ ਅਸੀਂ ਸਮੇਂ ਦੀ ਹੁਣ ਕਦਰ ਨਾ ਕੀਤੀ ਤਾਂ ਜਦੋਂ ਸਮਾਂ ਲੰਘ ਗਿਆ ਤਾਂ ਉਸ ਤੋਂ ਬਾਅਦ ਸਾਡੇ ਕੋਲ ਪਛਤਾਉਣ ਤੋਂ ਬਿਨਾ ਹੋਰ ਕੁਝ ਨਹੀਂ ਰਹੇਗਾ ਇਸ ਕਰਕੇ ਬੱਚਿਓ ਸਮੇਂ ਦੀ ਕਦਰ ਕਰੋ ਚਲੋ ਅੱਗੇ ਵੱਧਦੇ ਹਾਂ ਗਿਆਨ ਵਿਗਿਆਨ ਦੇ ਪ੍ਰਸ਼ਨਾਂ ਵੱਲ ਤਾ ਬੱਚੋ ਗਿਆਨ ਵਿਗਿਆਨ ਦਾ ਪਹਿਲਾ ਪ੍ਰਸ਼ਨ ਹੈ ਭਾਰਤ ਕਿਸ ਮਹਾਦੀਪ ਵਿੱਚ ਸਥਿਤ ਹੈ ਹਾਂਜੀ ਬੱਚੋ ਭਾਰਤ ਜੋ ਹੈ ਉਹ ਏਸ਼ੀਆ ਮਹਾਦੀਪ ਵਿੱਚ ਸਥਿਤ ਹੈ ਦੇਖੋ ਬੱਚੋ ਆਪਣੇ ਸੰਸਾਰ ਵਿੱਚ ਸੱਤ ਮਹਾਦੀਪ ਹਨ ਕਿਹੜੇ ਕਿਹੜੇ ਏਸ਼ੀਆ ਮਹਾਦੀਪ ਅਫਰੀਕਾ ਮਹਾਦੀਪ ਉੱਤਰੀ ਅਮਰੀਕਾ ਮਹਾਦੀਪ ਦੱਖਣੀ ਅਮਰੀਕਾ ਮਹਾਦੀਪ ਯੂਰਪ ਮਹਾਦੀਪ ਅੰਟਾਰਕਟਿਕਾ ਮਹਾਦੀਪ ਅਤੇ ਆਸਟ੍ਰੇਲੀਆ ਮਹਾਦੀਪ ਤਾਂ ਜੋ ਭਾਰਤ ਹੈ ਉਹ ਏਸ਼ੀਆ ਮਹਾਦੀਪ ਵਿੱਚ ਸਥਿਤ ਹੈ ਤੇ ਬੱਚਿਓ ਸਭ ਤੋਂ ਵੱਡਾ ਮਹਾਦੀਪ ਵੀ ਏਸ਼ੀਆ ਮਹਾਦੀਪ ਹੈ ਕਿਉਂਕਿ ਇਸ ਦੀ ਜਨਸੰਖਿਆ ਸਭ ਤੋਂ ਜ਼ਿਆਦਾ ਹੈ ਅਤੇ ਸਭ ਤੋਂ ਛੋਟਾ ਮਹਾਦੀਪ ਆਸਟ੍ਰੇਲੀਆ ਮਹਾਦੀਪ ਹੈ ਇਸ ਦੀ ਜਨਸੰਖਿਆ ਘੱਟ ਹੈ ਚਲੋ ਅੱਗੇ ਵਧੀਏ ਅਗਲੇ ਪ੍ਰਸ਼ਨ ਵੱਲ ਪੰਜਾਬ ਦਾ ਰਾਜ ਜਾਨਵਰ ਕਿਹੜਾ ਹੈ ਹਾਂਜੀ ਬੱਚਿਓ ਪੰਜਾਬ ਦਾ ਰਾਜ ਜਾਨਵਰ ਕਾਲਾ ਹਿਰਨ ਹੈ ਬੱਚਿਓ ਇਸ ਬਾਰੇ ਥੋੜੀ ਜਾਣਕਾਰੀ ਲਓ ਇਸ ਨੂੰ ਬਲੈਕ ਬੱਕ ਵੀ ਕਿਹਾ ਜਾਂਦਾ ਹੈ ਇਹ ਉਹ ਪ੍ਰਜਾਤੀ ਹੈ ਜੋ ਹਿੰਦ ਉਪਮਹਾਦੀਪ ਵਿੱਚ ਮਿਲਦੀ ਹੈ ਬੱਚਿਓ ਇਸ ਦੇ ਸਿੰਗਾ ਵਿੱਚ ਛੱਲਿਆਂ ਵਰਗੇ ਉਬਾਰ ਹੁੰਦੇ ਹਨ ਇਸ ਦੇ ਸਰੀਰ ਦੀ ਲੰਬਾਈ 100 ਤੋਂ 150 ਸੈਂਟੀਮੀਟਰ ਤੱਕ ਹੁੰਦੀ ਹੈ ਇਹ 80 ਕਿਲੋਮੀਟਰ ਤੱਕ ਦੌੜ ਸਕਦਾ ਹੈ ਬੱਚਿਓ ਇਸ ਨੂੰ ਰਾਜਸੀ ਜਾਨਵਰ 15 ਮਾਰਚ 1899 ਈਸਵੀ ਦੇ ਵਿੱਚ ਐਲਾਨਿਆ ਗਿਆ ਸੀ ਚਲੋ ਅੱਗੇ ਵਧੀਏ ਅਗਲੇ ਪ੍ਰਸ਼ਨ ਵੱਲ ਵਾਗਾ ਬਾਰਡਰ ਜਾਂ ਅਟਾਰੀ ਬਾਰਡਰ ਕਿਹੜੇ ਜ਼ਿਲ੍ਹੇ ਵਿੱਚ ਸਥਿਤ ਹੈ ਹਾਂਜੀ ਬੱਚਿਓ ਵਾਗਾ ਬਾਰਡਰ ਜਾਂ ਅਟਾਰੀ ਬਾਡਲ ਬਾਰਡਰ ਅੰਮ੍ਰਿਤਸਰ ਵਿੱਚ ਸਥਿਤ ਹੈ ਇਹ ਸਿੱਖਾਂ ਦੀ ਪਵਿੱਤਰ ਨਗਰੀ ਅੰਮ੍ਰਿਤਸਰ ਦੇ 25 ਕਿਲੋਮੀਟਰ ਪੱਛਮ ਵਿੱਚ ਸਥਿਤ ਹੈ ਇਹ ਭਾਰਤ ਦੀ ਰਾਸਤਾਨੀ ਦਿੱਲੀ ਨੂੰ ਲਾਹੌਰ ਪਾਕਿਸਤਾਨ ਨਾਲ ਜੋੜਨ ਵਾਲੀ ਰੇਲਵੇ ਲਾਈਨ ਦੇ ਰੂਟ ਦਾ ਆਖਰੀ ਭਾਰਤੀ ਸਟੇਸ਼ਨ ਹੈ ਬੱਚਿਓ ਇੱਥੇ ਬਹੁਤ ਹੀ ਭਾਰੀ ਮੇਲਾ ਵੀ ਲੱਗਦਾ ਹੈ ਚਲੋ ਅੱਗੇ ਵਧੀਏ ਅਗਲੇ ਪ੍ਰਸ਼ਨ ਵੱਲ ਰੋਮਨ ਅੰਕ ਪ੍ਰਣਾਲੀ ਵਿੱਚ 62 ਨੂੰ ਕਿਵੇਂ ਲਿਖਿਆ ਜਾਂਦਾ ਹੈ ਤਾਂ ਬੱਚਿਓ ਇਹ ਹੈ ਰੋਮਨ ਅੰਕ ਪ੍ਰਣਾਲੀ ਦਾ ਚਾਰਟ ਤੁਹਾਡੇ ਸਾਹਮਣੇ ਤਾਂ ਇਸ ਵਿੱਚ 62 ਨੂੰ LX1 ਦੇ ਰੂਪ ਵਿੱਚ ਲਿਖਿਆ ਜਾਂਦਾ ਹੈ ਦੇਖੋ ਬੱਚਿਓ LX ਨੂੰ ਆਪਾਂ 60 ਲਿਖਦੇ ਹਾਂ ਤੇ 11 ਨੂੰ ਆਪਾਂ 2 ਲਿਖਦੇ ਹਾਂ ਤਾਂ ਟੋਟਲ 62 ਹੋ ਗਿਆ ਤਾਂ ਰੋਮਨ ਅੰਕ ਪ੍ਰਣਾਲੀ ਵਿੱਚ 62 ਨੂੰ LX1 ਦੇ ਰੂਪ ਵਿੱਚ ਲਿਖਿਆ ਜਾਂਦਾ ਹੈ ਚਲੋ ਅੱਗੇ ਵਧੀਏ ਅਗਲੇ ਪ੍ਰਸ਼ਨ ਵੱਲ ਇੱਕ ਘੰਟੇ ਵਿੱਚ ਕਿੰਨੇ ਸਕਿੰਟ ਹੁੰਦੇ ਹਨ ਦੇਖੋ ਬੱਚੋ 1 ਘੰਟੇ ਵਿੱਚ ਮਿੰਟ 60 ਹੁੰਦੇ ਹਨ ਤੇ 1 ਘੰਟੇ ਵਿੱਚ ਸਕਿੰਟ 3600 ਹੋਣਗੇ ਠੀਕ ਹੈ ਬੱਚੋ ਅੱਗੇ ਵਧਿਏ ਆਓ ਬੁੱਝੀਏ ਹਾਂਜੀ ਬੱਚੋ ਅੱਜ ਦੀ ਬੁਝਾਰਤ ਹੈ ਕਾਲਾ ਸਿੰਘ ਕਲਿੱਤਰ ਸੀ ਕਾਲੇ ਪਿਓ ਦਾ ਪੁੱਤਰ ਸੀ ਆਡੋ ਪਾਣੀ ਪੀਂਦਾ ਸੀ ਖੇਤਾਂ ਦੇ ਵਿੱਚ ਰਹਿੰਦਾ ਸੀ ਹਾਂਜੀ ਬੱਚੋ ਬੁੱਝੋ ਬਹੁਤ ਵਧੀਆ ਹੈ ਅੱਜ ਦੀ ਬੁਝਾਰਤ ਹਾਂਜੀ ਰਾਜੇ ਕਾਲੇ ਰੰਗ ਦਾ ਕਲਿੱਤਰ ਸੀ ਤੇ ਕਾਲੇ ਹੀ ਪਿਓ ਦਾ ਪੁੱਤਰ ਸੀ ਆਡੋ ਪਾਣੀ ਪਿੰਦਾ ਸੀ ਤੇ ਖੇਤਾਂ ਦੇ ਵਿੱਚ ਰਹਿੰਦਾ ਸੀ ਹਾਂਜੀ ਬੱਚੋ ਹਾਂਜੀ ਇਸ ਦਾ ਸਹੀ ਉੱਤਰ ਹੈ ਬੈਂਗਨ ਸਭ ਨੇ ਦੇਖਿਆ ਹੀ ਹੈ ਅੱਗੇ ਚਲੋ ਅੱਗੇ ਵਧੀਏ ਅੱਜ ਦੇ ਸ਼ਬਦ ਤਾਂ ਬੱਚੋ ਅੱਜ ਦਾ ਪਹਿਲਾ ਸ਼ਬਦ ਹੈ ਪਲੇਨ ਪਲੇਨ ਹੁੰਦਾ ਹੈ ਸਾਫ ਅੱਜ ਦਾ ਦੂਸਰਾ ਸ਼ਬਦ ਹੈ ਬ੍ਰੇਨ ਬ੍ਰੇਨ ਹੁੰਦਾ ਹੈ ਦਿਮਾਗ ਅੱਜ ਦਾ ਤੀਸਰਾ ਸ਼ਬਦ ਹੈ ਚੇਨ ਚੇਨ ਹੁੰਦਾ ਹੈ ਕੈਦ ਅੱਜ ਦਾ ਚੌਥਾ ਸ਼ਬਦ ਹੈ ਗ੍ਰੇਨ ਗ੍ਰੇਨ ਹੁੰਦਾ ਹੈ ਅਨਾਜ ਅੱਜ ਦਾ ਪੰਜਵਾਂ ਸ਼ਬਦ ਹੈ ਸਟੇਨ ਸਟੇਨ ਹੁੰਦਾ ਹੈ ਛਾਨਣਾ